ਊਂ ਤਾਂ ਕਹਿੰਦੇ ਰਾਜ ਨਹੀਂ ਸੇਵਾ, ਊਂ 5-5 ਲੱਖ ਪੈਨਸ਼ਨ ਲੈਣੀਆਂ ਨੇ। ਬਾਦਲ ਸਾਹਿਬ 8 ਵਾਰੀ ਜਿੱਤੇ, ਐਤਕੀ ਹਾਰ ਗਏ। ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ? 5.25 ਲੱਖ। ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ, 6-6 ਪੈਨਸ਼ਨਾਂ ਕਈ ਲੈਂਦੇ ਸੀ, 6 ਪੈਨਸ਼ਨਾਂ 5.25 ਲੱਖ ਪੈਨਸ਼ਨ। ਯਾਰ ਹਰ ਵਾਰ ਦੀ ਪੈਨਸ਼ਨ ਅਲੱਗ, ਲੋਕ ਤਨਖਾਹ ਨੂੰ ਤਰਸ ਜਾਂਦੇ, ਲੋਕ ਬੁਢਾਪਾ ਪੈਨਸ਼ਨ ਨੂੰ ਤਰਸ ਜਾਂਦੇ ਆ। ਆਉਣ ਸਾਰ ਮੈਂ ਤਾਂ ਅੱਗੇ ਸਿੱਧਾ ਕਹਿਤਾ, 1 ਮਿਲੂਗੀ ਲੈਣੀ ਹੈ, ਲਓ ਨਹੀਂ ਮੈਂ ਇਹਦੇ ਵੀ ਕਾਟਾ ਮਾਰ ਦੂੰ। ਕਹਿੰਦੇ ਚਲੇ ਨਾ, 1 ਤਰਕ 1 ਤਰਕ। ਮੈਂ ਕਿਹਾ ਊਂ ਤਾਂ ਹੱਥ ਬੰਨ ਕੇ ਜਾਂਦੇ ਹੋ ਲੋਕਾਂ 'ਚ, ਸੇਵਾ ਦਾ ਮੌਕਾ ਦਿਓ ਜੀ, ਅਤੇ ਸੇਵਾ ਦੀ ਪੈਨਸ਼ਨ ਥੋੜ੍ਹੀ ਹੁੰਦੀ ਹੈ? ਇਹ ਹਰ ਵਕਤੀ ਜਦੋਂ ਦੀ ਸੁਰਤ ਸੰਭਾਲੀ ਹੈ, 1 ਮੌਕਾ ਹੋਰ ਦੇ ਦਿਓ ਜੀ। ਤੁਰਿਆ ਜਾਂਦਾ ਨਹੀਂ, 4 ਬੰਦੇ ਇੱਧਰੋਂ ਫੜਦੇ ਹੈ, 4 ਇੱਧਰੋਂ ਚੱਕ ਕੇ ਸਟੇਜ 'ਤੇ ਲੈ ਕੇ ਜਾਂਦੇ। ਜਾਣ ਸਾਰ ਕਹਿੰਦਾ 1 ਮੌਕਾ ਹੋਰ, ਉਹ ਬੱਸ ਕਰੋ ਯਾਰ। ਉਹ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਹੋਏ, ਤੁਸੀਂ ਨਹੀਂ ਥੱਕੇ ਹੋ? ਲੁੱਟ ਲੁੱਟ ਕੇ ਕੰਮ ਤਾਂ ਕੀਤਾ ਹੀ ਨਹੀਂ ਕੋਈ, ਲੁੱਟਿਆ ਬਸ। ਔਰ ਕੋਈ ਦਾ ਢਾਬਾ ਚੱਲਦਾ ਉਹ ਦੱਬ ਲਓ, ਕਿਸੇ ਦੀ ਬੱਸ ਭਰੀ ਜਾਂਦੀ ਉਹ ਰੂਟ ਲੈ ਲਓ, ਉਹ ਕੋਈ ਕੋਈ ਰੇਤੇ ਦੀਆਂ ਖੱਡਾਂ ਸਾਡੀਆਂ, ਸ਼ਰਾਬਾਂ ਦੇ ਠੇਕੇ ਸਾਡੇ। ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਤਾਂ ਆ ਸਕਦੇ ਨੇ ਨਾਲ। ਉਹ ਚਿੱਠੀ ਨਾਲ ਲਿਖਾਈ ਫਿਰਦੇ ਹੋਣ ਕਿਤੇ ਧਰਮਰਾਜ ਤੋਂ, ਨਕਲੀ ਉਹ ਵੀ ਨਕਲੀ ਲਿਖਾਉਣਗੇ, ਹੋਰ ਤਾਂ ਕਿੱਥੋਂ ਲਿਖਾਉਣਗੇ? ਰੱਬ ਤਾਂ ਇਹਨਾਂ ਦੇ ਨੇੜੇ ਨਹੀਂ ਲੱਗਦਾ ਹੋਣਾ। ਰੱਬ ਵੀ ਕਹਿੰਦਾ ਹੋਣਾ ਜੇ ਮੈਂ ਨੇੜੇ ਗਿਆ ਮੈਨੂੰ ਨਾ ਵੇਚ ਕੇ ਖਾ ਜਾਣੇ, ਵੇਚ ਹੀ ਰਹੇ ਆ, ਰੱਬ ਦੇ ਨਾਂ 'ਤੇ ਵੀ ਤਾਂ ਖਾ ਹੀ ਰਹੇ ਆ, ਧਰਮ ਦੇ ਨਾਂ 'ਤੇ ਵੀ ਖਾ ਹੀ ਰਹੇ ਆ। ਨਾ ਲੱਤ ਮਾਰਦਾ ਨਾ ਕਸੁੰਨ ਮਾਰ, ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਹੁਣ ਮੱਤ ਵੱਜੀ ਹੋਈ ਪਈ ਹੈ, ਅਕਾਲੀ ਦਲ ਲੜਾਈ ਸ਼ੁਰੂ ਕਰ ਲਈ, ਪੰਜਾਬ ਬਚਾਓ ਯਾਤਰਾ। ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ 20 ਕੁ ਮਹੀਨੇ ਪਹਿਲਾਂ, ਹੋਰ ਕੀ ਤੋਂ ਬਚਾਈਏ? ਹੁਣ ਤੁਸੀਂ ਤਾਂ ਮਾਰਨ ਵਾਲੇ ਉਹਨੂੰ, ਪੰਜਾਬ ਬਚਾਓ ਕਹਿੰਦੇ। ਆਹ ਹਲ ਜੋ ਪੰਜਾਬ ਬਚਾਓ ਨਹੀਂ ਹੈਗਾ, ਉਹ ਪਰਿਵਾਰ ਬਚਾਓ ਯਾਤਰਾ ਹੈ, ਵੀ ਸਾਡਾ ਪਰਿਵਾਰ ਬਚਾਓ। ਮਜੀਠੇ ਤੋਂ ਸ਼ੁਰੂ ਕਰ ਲਿਆ, ਇੱਥੇ ਮੇਰਾ ਸਾਲਾ ਉਹਨੂੰ ਬਚਾਓ, ਫਿਰ ਕੈਰੋਂ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ, ਫਿਰ ਫਿਰੋਜ਼ਪੁਰ ਲੰਘ ਗਏ ਕਹਿੰਦੇ ਇੱਥੋਂ ਮੈਂ ਹੁੰਦਾ MP ਮੈਨੂੰ ਬਚਾਓ, ਫਿਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਾਈ ਹਰਸਿਮਰਤ ਕੌਰ ਹੈ ਉਹਨੂੰ ਬਚਾਓ। ਕੀ ਗੱਲ ਵੀ ਅਸੀਂ ਆਪਦੇ ਪਰਿਵਾਰ ਤਾਂ ਉਜਾੜਤੇ, ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਂਦੇ ਹੋ? ਸਾਨੂੰ ਰਜਿਸਟਰੀ ਕਰਾਈਏ, ਅਸੀਂ ਪਰਿਵਾਰ ਬਚਾਈਏ? ਕਿਉਂ ਬਚਾਈਏ? ਮੱਤ ਵੱਜੀ ਹੋਈ ਉਹਨਾਂ ਦੀ। ਜਦੋਂ ਸਾਰੇ MLA ਦੀਆਂ ਪੈਨਸ਼ਨਾਂ, 6-6 ਪੈਨਸ਼ਨਾਂ ਕਈ ਲੈਂਦੇ ਸੀ, 6 ਪੈਨਸ਼ਨਾਂ। ਜਦੋਂ MLA ਬਣ ਜੇ ਨਾ ਇੱਕ ਪਹਿਲੀ ਵਾਰ, 75,000 ਰੁਪਈਆ ਉਹਦੀ, ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ, ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ, 75,000 ਰੁਪਈਆ ਉਹਦੀ ਪੈਨਸ਼ਨ ਸਾਰੀ ਉਮਰ ਦੀ। ਜੇ ਉਹ 2 ਵਾਰੀ MLA ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ। ਫਰਜ਼ ਕਰ ਲਓ ਉਹ 5 ਵਾਰੀ MLA ਬਣ ਗਿਆ ਅਤੇ 6ਵੀਂ ਵਾਰੀ ਜਾਂ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ 5 ਵਾਰ ਵਾਲੇ? 3.25 ਲੱਖ। ਬਾਦਲ ਸਾਹਿਬ 8 ਵਾਰੀ ਜਿੱਤੇ, ਐਤਕੀ ਹਾਰ ਗਏ। ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ? 4.25 ਲੱਖ। ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲਣਗੇ, 4.25 ਲੱਖ ਪੈਨਸ਼ਨ। ਯਾਰ ਹਰ ਵਾਰ ਦੀ ਪੈਨਸ਼ਨ ਅਲੱਗ,
ਲੋਕ ਤਨਖਾਹ ਨੂੰ ਤਰਸ ਜਾਂਦੇ, ਲੋਕ ਬੁਢਾਪਾ ਪੈਨਸ਼ਨ ਨੂੰ ਤਰਸ ਜਾਂਦੇ ਆ। ਆਉਣ ਸਾਰ ਮੈਂ ਤਾਂ ਆ ਕੇ ਸਿੱਧਾ ਕਹਿਤਾ ਇੱਕ ਮਿਲੂਗੀ ਲੈਣੀ ਹੈ ਲੋ, ਨਹੀਂ ਮੈਂ ਇਹਦੇ ਵੀ ਕਾਟਾ ਮਾਰ ਦੂੰ। ਕਹਿੰਦੇ ਚਲੇ ਨਾ ਇੱਕ ਤਰਕ ਲਿਖ ਤਰਕ। ਮੈਂ ਕਿਹਾ ਹੁਣ ਤਾਂ ਹੱਥ ਬੰਨ ਕੇ ਜਾਂਦੇ ਹੋ ਲੋਕਾਂ 'ਚ, ਸੇਵਾ ਦਾ ਮੌਕਾ ਦਿਓ ਜੀ। ਅਤੇ ਸੇਵਾ ਦੀ ਪੈਨਸ਼ਨ ਥੋੜ੍ਹੀ ਹੁੰਦੀ ਹੈ, ਸੇਵਾ ਦੀ ਪੈਨਸ਼ਨ ਮਿਲੀ ਕਦੇ? ਊਂ ਤਾਂ ਕਹਿੰਦੇ ਰਾਜ ਨਹੀਂ ਸੇਵਾ, ਊਂ 5-5 ਲੱਖ ਪੈਨਸ਼ਨ ਲੈਣੀਆਂ ਨੇ। ਆਉਣ ਸਾਰ ਕੀਤਾ ਕੰਮ, ਉਦੋਂ ਬਾਅਦ ਇਹਨਾਂ ਨੂੰ ਐਂ ਲੱਗਿਆ ਵੀ ਇਹ ਤਾਂ ਆਰਾ ਧਰ ਲਿਆ ਨੇ ਤੁਹਾਨੂੰ। ਮੈਂ ਕਿਹਾ ਆ ਜਾਓ ਫਿਰ। ਹੁਣ ਤੱਕ ਅਸੀਂ 11,000 ਏਕੜ ਦੇ ਲਗਭਗ ਜ਼ਮੀਨ ਜਿਹੜੀ, ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ, ਜਾਂ ਪੋਲੀਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ, ਜਾਂ ਲੀਡਰਾਂ ਤੋਂ ਸਰ ਜਿਹੜੀ ਸ਼ਾਮਲਾ ਟਾਈਮ ਜ਼ਮੀਨ ਛੱਡਵਾ ਚੁੱਕੇ ਹਾਂ, 11,000 ਏਕੜ ਦੱਬ ਰੱਖੀ। ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ, 45 ਬਣਾਉਣੇ ਨੇ 37 ਮਹੀਨੇ, ਬਸ ਅਗਲੇ ਆਉਣ ਵਾਲੇ ਦਿਨਾਂ 'ਚ ਹੋਰ ਕਰ ਦਿਆਂਗੇ ਪੂਰੇ। ਬਜਟ ਆਊਗਾ, ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ 'ਤੇ ਕੋਈ ਭਾਰ ਨਾ ਪਵੇ। ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ, ਜੇ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ। ਜਿੰਨਾ ਟੈਕਸ ਤੁਸੀਂ ਦਿੰਦੇ ਹੋ, ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜੇ, ਪਹੁੰਚ ਕੇ ਲੱਗ ਜੇ ਪਬਲਿਕ 'ਤੇ। ਐਮ ਪੀ ਸਾਹਿਬ ਸਾਡੇ, ਉਹਨਾਂ ਦਾ 5 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ। ਸਾਡੇ ਰਾਜ ਸਭਾ ਦੇ ਐਮ ਪੀ ਨੇ, ਉਹਨਾਂ ਦਾ 5-5 ਕਰੋੜ ਰੁਪਏ ਇੱਕ ਸਾਲ ਦਾ। ਉਹ ਤਾਂ ਸਾਰੇ ਪੰਜਾਬ 'ਚ ਦੇ ਸਕਦੇ ਨੇ, ਜਿਹੜਾ ਐਮ ਪੀ ਹੈ ਲੋਕ ਸਭਾ ਦਾ ਉਹ ਤਾਂ ਆਪਦੇ ਹਲਕੇ 'ਚ ਦੇ ਸਕਦਾ, ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ 'ਚ ਦੇ ਸਕਦਾ। ਸੋ ਅਸੀਂ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਆ ਚੀਜ਼ ਰਹਿ ਗਈ ਅਤੇ ਲੋਕਾਂ ਨੂੰ ਸਹੂਲਤ ਨਹੀਂ ਮਿਲੀ। ਇੱਥੇ ਟ੍ਰੈਫਿਕ ਦੀ ਸਮੱਸਿਆ, ਕਿਉਂਕਿ ਇਤਿਹਾਸਕ ਸ਼ਹਿਰ ਹੈ, ਵੀਰਵਾਰ ਨੂੰ ਮੇਲੇ ਲੱਗਦੇ ਹੈ ਫਕੀਰਾਂ ਦੇ, ਐਤਵਾਰ ਨੂੰ ਬਹੁਤ ਰਸ਼ ਹੁੰਦਾ ਹੈ, ਲੱਖ ਦੇ ਕਰੀਬ ਬੰਦਾ ਹੁੰਦਾ। ਮੈਨੂੰ ਦੱਸਿਆ ਮੈਡਮ ਐਮ ਐਲ ਏ ਸਾਹਿਬਾਂ ਨੇ, ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ 'ਤੇ, ਅਤੇ ਨਾਲ ਉਹਨਾਂ ਨੂੰ ਵਾਹਨ, ਅੱਜ ਵੀ 410 ਸਕੋਰਪੀਓ ਗੱਡੀਆਂ ਅਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ 'ਚ ਪੰਜਾਬ ਪੁਲਿਸ ਨੂੰ ਦੇ ਕੇ ਆਏ। ਨਵੀਆਂ ਐਸ ਐਚ ਓ ਨੂੰ ਮਿਲਣਗੀਆਂ, ਉਹ ਜਿਹੜੀਆਂ ਗੱਡੀਆਂ ਮਿਲਣਗੀਆਂ। ਜਦੋਂ ਮੈਨੂੰ ਕਹਿੰਦੇ ਜੀ 410 ਗੱਡੀਆਂ ਨੇ, ਮੈਂ ਕਿਹਨੂੰ ਦੇਣੀਆਂ? ਕਹਿੰਦੇ ਪੁਲਿਸ ਨੂੰ। ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀਆਂ ਨੇ? ਮੈਂ ਕਿਹਾ ਐਸ ਐਚ ਓ ਨੂੰ ਦਿਓ ਨਵੀਂ ਗੱਡੀ, ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮਗਰ। ਕੋਈ ਸਮਗਲਰ ਆ ਗਿਆ, ਕੋਈ ਗੋਲੀ ਚਲਾ ਕੇ ਭੱਜ ਗਿਆ, ਕੋਈ ਚੈਨੀ ਖੋ ਕੇ ਭੱਜ ਗਿਆ, ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ ਐਸ ਐਚ ਓ ਨੂੰ। ਇਹ ਕੀ ਕਰਦੇ ਸੀ, ਗੱਡੀ ਪਹਿਲਾਂ ਤਾਂ ਐਸ ਪੀ ਨੂੰ ਦੇ ਦਿੰਦੇ ਸੀ, ਉਹ ਖਚੜਾ ਜੀ ਕਰਕੇ ਡੀ ਐਸ ਪੀ ਨੂੰ ਫੜਾ ਦਿੰਦਾ ਸੀ, ਉਹ ਹੋਰ ਰੱਚੜ ਜੀ ਕਰਕੇ ਅੱਗੇ ਥੱਲੇ ਹੋਰ ਥੋੜ੍ਹੇ ਅਫਸਰ ਨੂੰ। ਜਦੋਂ ਤੱਕ ਐਸ ਐਚ ਓ ਕੋਲ ਗੱਡੀ ਪਹੁੰਚਦੀ ਸੀ, ਚਾਰ ਬੰਦੇ ਤੱਕ ਲਾਉਂਦੇ ਸੀ, ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ, ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ, ਉਹ ਪਤਾ ਹੀ ਨਹੀਂ ਲੱਗਦਾ ਕੀ ਹੈ ਉਹ। ਮੈਂ ਕਿਹਾ ਗੱਡੀਆਂ ਨਵੀਆਂ ਇੱਧਰੋਂ ਤਾਹਾਂ ਨੂੰ ਦੇਣੀਆਂ ਸ਼ੁਰੂ ਕਰੋ। ਉਹਨਾਂ ਨੇ ਆਪਦੇ ਮੈਂ ਸਮੂਹ ਸਮ ਵਾਸਤੇ ਰੱਖੇ ਹੁੰਦੇ ਸੀ ਗੱਡੀਆਂ, ਵੱਡੇ ਅਫਸਰਾਂ ਨੇ ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖੀ ਆ ਗੱਡੀ। ਮੈਂ ਕਿਹਾ ਇਹ ਕੰਮ ਬੰਦ ਕਰੋ, ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀ। ਅੱਜ 410 ਗੱਡੀਆਂ ਜਿਹੜੀਆਂ ਦੇ ਕੇ ਆਏ, ਤਾਂ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀਏ, ਤੁਹਾਨੂੰ ਸੁਖੀ ਜੀਵਨ ਬਤੀਤ ਹੋਣ ਕਰਨ ਦਾ ਮੌਕਾ ਮਿਲੇ। ਸਰਕਾਰਾਂ ਦਾ ਇਹੀ ਕੰਮ ਹੁੰਦਾ, ਹੋਰ ਕੀ ਹੁੰਦਾ? ਸਰਕਾਰਾਂ ਦਾ ਕੰਮ ਲੁੱਟਣਾ ਥੋੜ੍ਹੀ ਹੁੰਦਾ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ, ਲਿਆਓ ਵੀ ਇੱਧਰਲੇ ਪਾਸੇ ਵੀ ਲਿਆਓ ਵੀ ਇੱਧਰਲੇ ਪਾਸੇ ਵੀ ਲਿਆਓ ਵੀ ਗੱਲ ਨਹੀਂ, ਬਾਤ ਨਹੀਂ ਯਾਰ। ਇੱਦੋਂ ਪਹਿਲਾਂ ਇੱਦਾਂ ਕਰਦੇ ਰਹੇ। ਉਹ ਕੈਪਟਨ ਸਾਹਿਬ ਨੇ ਕੁੰਡੇ ਹੀ ਨਹੀਂ ਖੋਲਿਆ, ਉਹਨਾਂ ਨੇ ਮਹਿਲ ਦਾ ਕੁੰਡੇ ਹੀ ਨਹੀਂ ਖੋਲਿਆ 5 ਸਾਲ।
ਆਮ ਬੰਦਿਆਂ ਵਾਸਤੇ ਤੱਕ ਛੱਡੋ, ਆਪਦੇ ਐਮ ਐਲ ਏ ਵਾਸਤੇ ਨਹੀਂ ਖੋਲਿਆ ਕੁੰਡਾ, ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ, ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ। 2022 ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ, ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ, ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ, ਕੌਣ ਕਰਕੇ? ਕਹਿੰਦੇ ਲੋਕ ਕਰਕੇ। ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ, ਲੋਕ ਤੁਹਾਡੇ ਕੋਲ ਕਿਉਂ ਆਉਣਗੇ? ਵੀ ਠੇਕਾ ਲਿਆ ਤੁਹਾਡਾ, ਰਜਿਸਟਰੀ ਕਰਾਈ ਹੈ ਨਾ, ਲੱਤ ਮਾਰਦਾ ਨਾ ਕਸੁੰਨ ਮਾਰ, ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਹੁਣ ਮੱਤ ਵੱਜੀ ਹੋਈ ਪਈ ਹੈ, ਅਕਾਲੀ ਦਲ ਲੜਾਈ ਸ਼ੁਰੂ ਕਰ ਲਈ, ਪੰਜਾਬ ਬਚਾਓ ਯਾਤਰਾ, ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ 20 ਕੁ ਮਹੀਨੇ ਪਹਿਲਾਂ, ਹੋਰ ਕਿਤੋਂ ਬਚਾਈਏ? ਹੁਣ ਤੁਸੀਂ ਤਾਂ ਮਾਰਨ ਵਾਲੇ ਉਹਨੂੰ, ਪੰਜਾਬ ਬਚਾਓ ਕਹਿੰਦੇ। ਆਹ ਅਸਲ ਚੋ ਪੰਜਾਬ ਬਚਾਓ ਨਹੀਂ ਹੈਗਾ, ਉਹ ਪਰਿਵਾਰ ਬਚਾਓ ਯਾਤਰਾ ਹੈ, ਵੀ ਸਾਡਾ ਪਰਿਵਾਰ ਬਚਾਓ। ਮਜੀਠੇ ਤੋਂ ਸ਼ੁਰੂ ਕਰ ਲਿਆ, ਇੱਥੇ ਮੇਰਾ ਸਾਲਾ ਉਹਨੂੰ ਬਚਾਓ, ਫਿਰ ਕੈਰੋਂ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ, ਫਿਰ ਫਿਰੋਜ਼ਪੁਰ ਲੰਘ ਗਏ ਕਹਿੰਦੇ ਇੱਥੋਂ ਮੈਂ ਹੁੰਦਾ ਐਮ ਪੀ ਮੈਨੂੰ ਬਚਾਓ, ਫਿਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਾਈ ਹਰਸਿਮਰਤ ਕੌਰ ਹੈ ਉਹਨੂੰ ਬਚਾਓ। ਕੀ ਗੱਲ ਵੀ, ਅਸੀਂ ਆਪਦੇ ਪਰਿਵਾਰ ਤਾਂ ਉਜਾੜਤੇ, ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਂਦੇ ਹੋ? ਸਾਨੂੰ ਰਜਿਸਟਰੀ ਕਰਾਈ ਹੈ, ਅਸੀਂ ਪਰਿਵਾਰ ਬਚਾਈਏ? ਕਿਉਂ ਬਚਾਈਏ? ਮੱਤ ਵੱਜੀ ਹੋਈ ਹੈ ਉਹਨਾਂ ਦੀ, ਮੱਤ ਵੱਜੀ ਹੋਈ। ਸੋ ਇਹਨਾਂ ਨੂੰ ਮੂੰਹ ਨਾ ਲਾਇਓ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸਾਡੇ ਕੋਲ, ਮੈਂ ਦੇਖ ਲਓ 22 ਮਹੀਨੇ ਹੋ ਗਿਆ, 16 ਤਰੀਕ ਨੂੰ ਨਾ ਸਾਲ ਹੋ ਜੂ ਆਪਾਂ ਨੂੰ, 2 ਸਾਲ ਹੋ ਜਾਣਗੇ। 2 ਸਾਲਾਂ 'ਚ ਕਦੇ ਤੁਸੀਂ ਮੇਰੇ ਮੂੰਹੋਂ ਸੁਣਿਆ? ਮੈਂ ਰੋਜ਼ ਕਿਤੇ ਨਾ ਕਿਤੇ ਹੁੰਦਾ, ਕਦੇ ਵੀ ਇੱਕ ਵਾਰੀ ਮੇਰੇ ਮੂੰਹੋਂ ਕਦੇ ਭਾਸ਼ਣ ਜਾਂ ਕਿਤੇ ਪ੍ਰੈਸ ਕਾਨਫਰੰਸ 'ਚ ਮੇਰੇ ਮੂੰਹੋਂ ਸੁਣਿਆ ਕਿ ਖਜ਼ਾਨਾ ਖਾਲੀ ਹੈ? ਨਾ। ਕਿਉਂ ਖਾਲੀ ਹੈ ਬਈ? ਲੋਕਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦਾ, ਬੰਦੇ ਦੀ ਨੀਅਤ ਖਾਲੀ ਹੁੰਦੀ ਹੈ। ਇਹਨੇ ਨੀਅਤਾਂ ਖਾਲੀ ਸੀਗੀ, ਉਹਨੇ ਕਦੇ ਕਿਹਾ ਹੀ ਨਹੀਂ ਵੀ ਖਜ਼ਾਨਾ ਭਰਿਆ ਹੋਇਆ, ਖਜ਼ਾਨਾ ਖਾਲੀ, ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਹੈ। ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ? ਉਹਨੂੰ ਪੀਪਾ ਕਹੋ, ਖਾਲੀ ਨੂੰ ਖਜ਼ਾਨਾ ਕਿਵੇਂ ਕਹਿ ਦਾਂਗੇ ਫਿਰ? ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ, ਦੇਖੋ ਇਹ ਕੀ ਕਰਦੇ ਹੈ, ਇਹ ਬੀਜੇਪੀ ਵਾਲੇ ਤਾਂ ਖਾਸ ਤੌਰ ਖੋਹਦੇ ਹੈ ਵੀ ਇਹਨੂੰ, ਇਹਦੇ ਐਮ ਐਲ ਏ ਤੋੜ ਲਓ, ਇਹਦੇ ਐਮ ਪੀ ਤੋੜ ਲਓ, ਇਹਨੂੰ ਪੈਸੇ ਦੇ ਦਿਓ, ਲਾਲਚ ਦੇ ਦਿਓ। ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ? ਚੰਡੀਗੜ੍ਹ ਦੇ ਮੇਅਰ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖੀਆਂ? 36 ਵੋਟਾਂ ਗਿਣੀਆਂ, 36 ਤੇ ਵੋਟਾਂ ਕਿਵੇਂ ਗਿਣ ਰਿਹਾ ਸੀ ਉਹ, ਜਿਹੜਾ ਇਹਨਾਂ ਦਾ ਅਫਸਰ ਸੀਗਾ, ਇਹਨਾਂ ਦਾ ਅਫਸਰ ਕਹਿੰਦਾ, ਇਹਨਾਂ ਦਾ ਵਰਕਰ ਹੀ ਸੀਗਾ ਬੀਜੇਪੀ ਦਾ। ਵੋਟ ਆਲੇ ਦੁਆਲੇ ਕੈਮਰੇ ਲੱਗੇ ਹੋਏ ਨੇ, ਉਹ ਫਿਰ ਐਂ ਹੁੰਦਾ ਨਾ 100 ਦਿਨ ਚੋਰਦਾ 1 ਦਿਨ ਸਾਧਦਾ, ਕਿਤੇ ਉਹ ਦਿਨ ਸਾਧਦਾ ਸੀ ਕਿਤੇ ਕੁਦਰਤੀ, ਐਂ ਵੋਟਾਂ ਐਂ ਕਰਕੇ ਖਰਾਬ, ਵੋਟ 'ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ, ਨਾਲੇ ਐਂ ਦੇਖਦਾ ਸੀ ਕੈਮਰਾ ਤਾਂ ਨਹੀਂ ਚੱਲਦਾ, ਇੰਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਹ ਤੋਂ ਗੱਲ ਬਣੀ ਨਹੀਂ, ਐਂ ਕਰਕੇ ਉਹ 36 ਵੋਟਾਂ 'ਚੋਂ 8 ਵੋਟਾਂ ਕੈਂਸਲ ਕਰਤੀਆਂ, 8 ਦੀਆਂ 8 ਆਮ ਆਦਮੀ ਪਾਰਟੀ ਦੀਆਂ, ਜੋ 8 ਪੈਂਦੀਆਂ ਨੇ ਸਾਡਾ ਮੇਅਰ ਬਣਦਾ। ਅਸੀਂ ਸੁਪਰੀਮ ਕੋਰਟ ਚਲੇ ਗਏ, ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ ਕਹਿੰਦੇ ਆ ਜਾ, ਤੂੰ ਐਂ ਕਿਉਂ ਲਾਇਆ ਸੀ ਮੋਹਰਾਂ? ਕਹਿੰਦੇ ਜੀ ਉਹ ਖਰਾਬ ਸੀ ਪਹਿਲੀ ਤਾਂ ਲਾਈਆਂ ਸੀ ਮੈਂ ਉਹਨਾਂ 'ਤੇ। ਕਹਿੰਦਾ ਲਿਆ ਕੱਢ ਕੇ ਦਿਖਾ, ਉਸੇ ਤੋਂ ਗਣਵਾਈਆਂ। ਕਹਿੰਦਾ ਦੇਖ ਕੀ ਖਰਾਬੀ ਹੈ, ਚੱਲ ਗਿਣ। ਉੱਥੇ ਹੀ ਡਿਕਲੇਅਰ ਕੀਤਾ ਕਿ ਮੇਅਰ ਚੰਡੀਗੜ੍ਹ ਦਾ ਆਮ ਆਦਮੀ ਪਾਰਟੀ ਦਾ ਹੋਊਗਾ, ਐਂ ਹੋਊਗਾ।
ਉਹ ਯਾਰ ਤੁਸੀਂ ਜਿੱਤ ਲਓ ਵੋਟਾਂ ਰਾਹੀਂ ਜਿੱਤ ਲਓ, ਕਦੋਂ ਅਸੀਂ ਫਤਵਾ ਮੋਦੀ ਸਾਹਿਬ ਨੂੰ ਫਤਵਾ ਮਿਲਿਆ ਸਿਰ ਮੱਥੇ ਆ ਜੀ, ਇਹ ਚ ਕਿਹੜੀ ਗੱਲ ਹੈ, ਲੋਕਾਂ ਦਾ ਫਤਵਾ ਹੈ, ਤੁਸੀਂ ਵੋਟਾਂ ਰਾਹੀਂ ਜਿੱਤ ਲਓ, ਆ ਗਿਣਤੀਆਂ ਮਿਣਤੀਆਂ ਰਾਹੀਂ ਤਾਂ ਨਾ ਜਿੱਤੋ ਨਾ, ਕਿ ਉਹਦੀਆਂ ਵੋਟਾਂ ਕੱਟ ਦਿਓ, ਇਹਦੀਆਂ ਗਿਣ ਲਓ, ਇਹਦੀਆਂ ਕਢਾ ਦਿਓ, ਇਹਦੀਆਂ ਹਟਾ ਦਿਓ, ਇਹਦੀਆਂ ਕੈਂਸਲ ਕਰ ਦਿਓ, ਇਹ ਤਾਂ ਗਲਤ ਹੋ ਗਿਆ ਨਾ। ਜੀਵਨ ਰੁੱਤ ਨੂੰ ਹੱਥੀ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ, ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ, ਗਰੀਬ ਦਾ ਬਾਲ ਖਿਡਾਉਣੇ ਵਹਿੰਦਾ ਏ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ, ਧੱਕੇ ਨਾ ਮਾਰੋ। ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਘੱਟੋ ਘੱਟ ਦੁੱਕੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ, ਇਹ ਦੁੱਕੀਆਂ ਨਾਲ ਯੱਕੇ ਮਾਰਨ ਦੀਆਂ ਆਦਤਾਂ ਪੈ ਗਈਆਂ ਇਹਨਾਂ ਨੂੰ। ਪਰ ਕੋਈ ਗੱਲ ਨਹੀਂ, ਕਈ ਵਾਰੀ ਦੁੱਖੀ ਕੰਮ ਆਉਂਦੀ ਹੈ, ਉਹ ਜਿਵੇਂ ਕਹਿੰਦੇ ਆ ਨਾ ਕਿ ਲੱਖ ਰੁਪਈਆ ਜਿਹੜਾ, ਉਹਦੇ ਬਾਰੇ ਕਿਹਾ ਕਿਸੇ ਨੇ, ਕਹਿੰਦਾ ਵੀ ਮੰਨਿਆ ਕਿ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਮੰਨਿਆ ਕਿ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ, ਪਰ ਜਰਾ ਸੋਚ ਕੇ ਦੇਖੋ ਜੇ ਲੱਖ ਚੋਂ ਰੁਪਈਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ,